ਚੱਕਰ ਕੀ ਪੈ ਗਿਆ, ਰਾਤ ਮੈਨੂੰ ਆਇਆ ਤਕਰੀਬਨ 2:30-3 ਵਜੇ ਫੋਨ, ਸਵੇਰੇ ਸਵੇਰੇ ਮਤਲਬ ਕਿਸੇ ਸੁਸਾਇਟੀ ਦੇ ਵਿੱਚੋਂ ਹੀ ਆਇਆ ਸੀ ਕਿਸੇ ਦਾ, ਫਲੈਟ ਖਾਲੀ ਕਰੋ ਬਿਕੋਜ਼ ਤੁਹਾਡੀ 4th-5th ਕੰਪਲੇਂਟ ਆ ਚੁੱਕੀ ਹੈ। ਇੱਕ ਵਾਰੀ ਨਹੀਂ ਹੋਇਆ, ਤੁਸੀਂ ਹੱਲਾ ਕਰਦੇ ਹੋ ਬਹੁਤ ਜ਼ਿਆਦਾ, ਪਰੇਸ਼ਾਨ ਕਰਦੇ ਹੋ ਪੜੋਸੀਆਂ ਨੂੰ, ਮਤਲਬ ਡੀ ਜੇ ਯੇ ਵੋ ਸਾਊਂਡ ਸਿਸਟਮ। ਜਿਹੜਾ ਫਲੈਟ ਆਪਾਂ ਰੈਂਟ 'ਤੇ ਦਿੱਤਾ ਉਹ ਫਲੈਟ ਦੀ ਕੰਡੀਸ਼ਨ ਦੇਖਣੀ ਹੈ, ਕਿਉਂਕਿ ਮੁੰਡਿਆਂ ਨੇ ਬਹੁਤ ਜ਼ਿਆਦਾ ਦਬਾਅ ਕਰ ਰੱਖੀ ਹੋਣੀ ਡੈਫੀਨੇਟਲੀ, ਅਤੇ ਉਹ ਵੀ ਸਾਰਾ ਕਿਸਾ ਦੇਖ ਕੇ ਆਈ ਅੱਜ। ਓਏ ਹੋਏ ਕਿੰਨਾ ਪਿਆਰਾ ਯਾਰ, ਮੇਰੇ ਮਾਲਕ ਦਾ ਦਰਬਾਰ। ਗੁਰਦੁਆਰਾ ਸਾਹਿਬ ਚੱਲੇ ਆ, ਹੁਣ ਸਬਜ਼ੀ ਵਗੈਰਾ ਬਣ ਗਈ ਸੀ, ਨਾਲੇ ਅਸੀਂ ਮੱਥਾ ਟੇਕ ਕੇ ਆਉਂਦੇ ਆ, ਤੇ ਨਾਲੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਆਉਂਦੇ ਆ। ਚਲੋ ਟੱਕਰ ਦਾ ਲਓ ਤੇ ਚਾਬੀ ਚੱਕ ਲਓ, ਮੈਂ ਚੱਕ ਦੇਣਾ। ਪਹਿਲਾਂ ਲੰਗਰ ਹਾਲ ਚੱਲ ਕੇ ਸਿਰਤਾ ਦੇ ਅਨੁਸਾਰ ਸੀ ਲੰਗਰ ਜੋ ਬਣਾਇਆ, ਉਹ ਲੰਗਰ ਹਾਲ 'ਚ ਦੇ ਦਈਏ। ਗੁਰਦੁਆਰਾ ਸਾਹਿਬ ਤੋਂ ਆ ਗਏ ਸੀ ਅਤੇ ਆ ਕੇ ਵੀਰੇ ਹੁਣੀ ਆਏ ਪਿੰਡ ਤੋਂ, ਅਚਾਨਕ ਵੀਰੇ ਨੂੰ ਮੈਂ ਕਿਹਾ ਸੀ ਵੀਰਾ ਵੀ ਵੀਰੇ ਤੁਸੀਂ ਆ ਕੇ ਨਾ ਡਰੈਸਿੰਗ ਟੇਬਲ ਲੈ ਜਿਓ, ਵੀਰੇ ਡਰੈਸਿੰਗ ਟੇਬਲ ਲੈ ਗਿਆ, ਨਾਲੇ ਇੱਕ ਅਲਮਾਰੀ ਜੀ ਪਈ ਸੀ ਬਾਹਰ ਵੀ ਇਹ ਵੀ ਯਾਰ ਚੁਕਾ ਦਿਓ ਇੱਥੋਂ, ਵੀਰਾ ਨਾਲੇ ਕਾਰਪੈਂਟਰ ਪਕੜ ਕੇ ਲਿਆਇਆ, ਉਹ ਬਾਈ ਵੀ ਸਾਡੇ ਪਿੰਡ ਦਾ ਹੀ ਹੈ ਜਿਹੜਾ ਨਾਲ ਆਇਆ ਸੀ, ਉਹ ਵੀ ਆਪਣੇ ਵੱਡੇ ਭਰਾਵਾਂ ਵਰਗੇ ਹੀ ਨੇ, ਅਤੇ ਉਹ ਫਿਰ ਅਲਮਾਰੀ ਖੋਲ੍ਹਤੀ ਨਟਾਂ ਨੁਟਾਂ ਦੇ ਨਾਲ, ਅਤੇ ਉਹ ਵੀ ਲੋਡ ਕਰਾ ਕੇ ਉਹ ਵੀ ਭੇਜਤੀ, ਹੋਰ ਛੋਟਾ ਮੋਟਾ ਸਮਾਨ ਸੀ ਉਹ ਵੀ ਪਿੰਡ ਭੇਜ ਦਿੱਤਾ। ਮਤਲਬ ਹੁਣ ਸਾਡਾ ਸਟੋਰ ਵੀ ਖਾਲੀ ਹੋ ਗਿਆ, ਬਾਹਰੋਂ ਵੀ ਕਲੀਨਿੰਗ ਹੋ ਗਈ। ਮੈਂ ਬਾਹਰੋਂ ਦਿਖਾਵਾਂ, ਥੋੜ੍ਹੀ ਜਿਹੀ ਲੱਕੜ ਪਈ ਹੈ, ਮੈਂ ਸੋਚਿਆ ਉਹਦਾ ਟੇਬਲ ਬਣਵਾ ਲਵਾਂ, ਲੱਕੜ ਮੈਂ ਵੀਰੇ ਨੂੰ ਕਿਹਾ ਵੀਰਾ ਕਹਿੰਦਾ ਚਾਹੀਦੀ ਰੱਖ ਨਹੀਂ ਤਾਂ ਮੈਂ ਕੁਛ ਲੈ ਜਾਂਦਾ, ਇਹ ਵੀ ਸੱਟ ਦਾਂਗੀ ਕਿਤੇ ਜਾਂ ਬਾਲਣ ਬੁਲਣ ਦੇ ਕੰਮ ਆ ਜੂਗੀ। ਆਹ ਲੱਕੜ ਹੈ, ਇਹਦਾ ਟੇਬਲ ਬਣ ਜਾਣਾ, ਮੈਨੂੰ ਲੱਕੜ ਵਾਲੇ ਕਾਰਪੈਂਟਰ ਅੰਕਲ ਨੇ ਕਿਹਾ ਸੀ, ਇੱਥੇ ਅਲਮਾਰੀ ਸੀ ਉਹ ਚੱਕੀ ਗਈ, ਹੁਣ ਸਾਰਾ ਸਾਫ਼ ਸਫਾਈ ਹੋ ਗਈ, ਬਸ ਜਿਹੜਾ ਥੱਲੇ ਆ ਸਲੂਸ਼ਨ ਲੱਗਾ ਹੋਇਆ, ਇਹ ਮੈਨੂੰ ਲੱਗਦਾ ਪੋਚਾ ਪੋਚਾ ਲੱਗ ਕੇ ਠੀਕ ਹੋਏਗਾ, ਜਾਂ ਪਤਾ ਨਹੀਂ ਕਿਵੇਂ ਹੋਏਗਾ, ਠੀਕ ਹੈ ਕਲੀਅਰ ਹੋ ਗਿਆ ਸਾਡਾ ਏਰੀਆ ਤਾਂ। ਚਲੋ ਜੀ, ਧੁੱਪ ਬਹੁਤ ਸੋਹਣੀ ਚੜ੍ਹੀ ਅੱਜ, ਮੈਨੂੰ ਤਾਂ ਧੁੱਪ ਵਧੀਆ ਲੱਗਦੀ, ਪਰ ਕਿਰਨ ਨੂੰ ਅੱਜ ਕੱਲ੍ਹ ਧੁੱਪ ਬੜੀ ਉਹ ਲੱਗ ਰਹੀ ਹੈ, ਕਿਉਂਕਿ ਗਰਮੀ 'ਚ ਫੀਲ ਹੁੰਦੀ ਹੈ ਕਿਰਨ ਨੂੰ, ਮੈਨੂੰ ਠੰਡ ਲੱਗੀ, ਔਰ ਸਵੇਰੇ ਸਵੇਰੇ ਤੁਸੀਂ ਅਕਸਰ ਦੇਖਿਆ ਹੋਣਾ ਮੈਨੂੰ ਜ਼ੁਕਾਮ ਲੱਗ ਜਾਂਦਾ, ਇਹ ਪਤਾ ਨਹੀਂ ਕੀ ਕਹਿਣਾ ਯਾਰ, ਸਵੇਰੇ ਸਵੇਰੇ ਮੈਨੂੰ ਜ਼ੁਕਾਮ ਲੱਗ ਜਾਂਦਾ, ਬਸ ਠੀਕ ਹੋ ਜਾਂਦਾ, ਇਹ ਨਵਾਂ ਜਿਹਾ ਐਕਸਪੈਰੀਮੈਂਟ ਹੈ, ਮੈਂ ਕਿਹਾ ਸਵੇਰੇ ਸਵੇਰੇ ਮੈਨੂੰ ਜ਼ੁਕਾਮ ਲੱਗ ਜਾਂਦਾ ਹੈ ਫਿਰ ਠੀਕ ਹੋ ਜਾਂਦਾ। ਹਾਂ ਬੜੇ ਗਿਫਟ ਆ ਰਹੇ ਨੇ ਕਿਰਨ ਨੂੰ, ਬੜੇ ਗਿਫਟ ਆ ਰਹੇ ਨੇ, ਆਹ ਕਾਹਦਾ ਨਵਾਂ ਗਿਫਟ ਆਇਆ। ਬੁੱਲੇ ਜੀ ਬੁੱਲੇ ਜੀ ਬੁੱਲੇ, ਬੜਾ ਸੋਹਣਾ ਯਾਰ। ਅੱਜ ਕੱਲ੍ਹ ਸਾਨੂੰ ਐਮਾਜ਼ੋਨ ਤੋਂ ਬੜੇ ਗਿਫਟ ਆ ਰਹੇ ਨੇ ਦੋਸਤੋ, ਬੈਠੇ ਬੈਠੇ ਦੇਖੋ ਬੱਲੇ ਬੱਲੇ ਹੋਈ ਜਾਂਦੀ ਹੈ। ਸੀਰੀਅਸਲੀ ਡਾਕਟਰ ਕਿਰਨ ਮੈਮ ਦਾ ਇਹ ਤੀਜਾ ਗਿਫਟ ਆ ਗਿਆ ਨਾ, ਇੱਕ ਆ ਵੀ ਭੇਜਿਆ ਮੈਮ ਨੇ, ਕਿੱਥੇ ਗਿਆ ਰੱਖਿਆ ਤੁਸੀਂ? ਇੱਕ ਕੈਂਡਲ ਸੀ, ਇੱਕ ਆ ਹੈ ਤੇ ਇੱਕ ਹੋਰ ਵੀ ਹੈ, ਖੁਸ਼ਬੂ ਫ੍ਰੈਗਨੈਂਸ ਵਾਲਾ ਨਾ, ਉਹ ਆਇਲ ਮੈਂ ਆਰਡਰ ਕੀਤੇ ਆ ਕੱਲ ਰਾਤ ਹੀ ਕੀਤੇ, ਉਹਦੇ ਜਿਹੜੇ ਐਸੈਂਸ਼ੀਅਲ ਆਇਲ ਹੁੰਦੇ ਆ। ਵਾਹ ਯਾਰ ਕਿੰਨਾ ਸੋਹਣਾ ਹੈ ਨਾ, ਸ਼ਾਈਨ ਕਿੰਨੀ ਅੱਛੀ। ਇਹ ਕਿਸ ਚੀਜ਼ ਦਾ ਬਣਿਆ? ਮੈਨੂੰ ਆਪ ਨਹੀਂ ਪਤਾ ਕਿਹਦਾ ਬਣਿਆ, ਫਾਈਬਰ ਹੈ, ਫਾਈਬਰ ਵਧੀਆ ਗੱਲ, ਟੁੱਟੋ ਕਰ ਨਹੀਂ ਟੁੱਟਦਾ ਨਹੀਂ ਫਾਈਬਰ ਹੈ ਨਾ, ਇਹ ਮੇਰੇ ਸਟੂਡੀਓ 'ਚ ਰੱਖਦਾ ਹੁਣ, ਲੈ ਲਈ ਜੋ ਸਾਰਾ ਕੁਝ ਤੁਸੀਂ ਸਟੂਡੀਓ 'ਚ ਆਪਣੇ ਵਾਸਤੇ। ਹੈ ਥੈਂਕ ਯੂ, ਨਾਲੇ ਆਪਾਂ ਉੱਥੇ ਉਹ ਕਾਰਨਰ ਨਹੀਂ ਸਜਾਉਣਾ, ਉੱਥੇ ਰੱਖਾਂਗੇ। ਆਹੋ ਜਿਹੜਾ ਲਾਈਟ ਵਾਲੇ ਨਾ, ਉਹ ਲਾਈਟ ਵਾਲੇ ਦੇ ਉੱਪਰ ਸ਼ੀਸ਼ਾ ਪਿਆ, ਉਹਦੇ ਉੱਪਰ ਰੱਖਦੇ ਨੇ ਯਾਰ ਇਹਨੂੰ, ਬੁੱਧਾ ਨੂੰ ਕੈਂਡਲਸ ਵੀ, ਉਹੀ ਹੈ ਨਾ ਜਿੰਨ ਤੱਕ ਸੋਫਾ ਨਹੀਂ ਉਹਨਾਂ ਤੱਕ ਆਪਾਂ ਉਧਰ, ਸੋਫੇ ਦੀ ਗੱਲ ਨਹੀਂ ਕਰਨੀ ਮੇਰੇ ਸਾਹਮਣੇ, ਸੋਫੇ ਤੇ ਰੱਕੇ ਪਏ ਆ, ਉਹ ਦੂਜਾ ਸੋਫਾ ਵੀ ਜਿੱਦਣ ਐਡ ਪਏ ਸਹੀ ਗੱਲ ਹੈ, ਉਹ ਵੀ ਅਗਲੇ ਦਿਨ ਲੈ ਗਏ, ਸਾਨੂੰ ਇਹ ਹੀ ਕਿ ਅਸੀਂ ਐਡ ਪਾਈ ਆ, ਇੱਕ ਹਫਤਾ ਲੱਗ ਜਾਊਗਾ ਵੀ ਲੈ ਕੇ ਜਾਣ ਵਾਸਤੇ ਕੋਈ ਨਾ ਕੋਈ ਜਿਵੇਂ ਡੀਲ ਕਰਦਾ, ਉਹ ਤੇ ਅਗਲੇ ਦਿਨ ਹੀ ਗਿਆ ਤੇ ਹੁਣ ਉਹਨਾਂ ਖਾਲੀ ਹੋਇਆ ਪਿਆ ਨਾ ਉਹ ਥਾਂ, ਤੇ ਦੂਜਾ ਇਹ ਜਿਹੜੀ ਆਪਾਂ ਬਾਬਾ ਜੀ ਵਾਲੀ ਅਲਮੀਰਾ ਬਣਾਉਣੀ ਆ, ਉਹ ਵੀ ਉਹੀ ਗੱਲ ਹੋਈ ਨਾ ਜਿਵੇਂ ਮਿਸਤਰੀ ਮਿਲਦੇ ਨਹੀਂ ਆ, ਜਿਵੇਂ ਪਹਿਲਾਂ ਕਈ ਕਹਿੰਦੇ ਸੀ ਤੁਸੀਂ ਮਿਸਤਰੀ ਨਹੀਂ ਲਾਉਣੇ ਚਾਹੀਦੇ, ਉਹ ਚੰਗਾ ਟਾਈਮ ਸੀ ਲਾ ਲਏ, ਮਿਲ ਗਏ ਸਾਨੂੰ ਟਾਈਮ ਸਿਰ, ਓਕੇ ਓਕੇ ਓਕੇ, ਰੋਏ ਬੜੇ ਕਲਪੇ ਬੜੇ, ਸਹੀ ਗੱਲ ਆ, ਫਿਰ ਟਾਈਮ ਸਿਰ ਉਹ ਕੰਮ ਖਤਮ ਹੋ ਗਿਆ, ਹੁਣ ਉਹੀ ਅੰਕਲ ਹੋਣੀ ਬਿਜ਼ੀ ਨੇ ਅਜੇ,
ਤੇ ਮੈਂ ਉਹਨਾਂ ਨੂੰ ਕਿਹਾ ਹੈ ਦੀਵਾਲੀ ਤੋਂ ਪਹਿਲਾਂ ਸਾਨੂੰ ਅਲਮੀਰਾ ਬਣਾ ਦਿਓ ਬਾਬਾ ਜੀ ਵਾਲੀ ਤੇ ਉਹ ਇੱਕ ਟੇਬਲ ਕਿਉਂਕਿ ਤੁਹਾਨੂੰ ਪਤਾ ਹੈ ਵੀ ਨਾ ਜੇ ਮਿਸਤਰੀ ਮਿਲ ਜਾਣ ਤਾਂ ਮਿਲ ਜਾਣ ਨਹੀਂ ਮਿਲਣ ਤਾਂ ਨਾ ਮਿਲਣ ਉਹ ਕੁਦਰਤੀ ਫ੍ਰੀ ਸੀ ਤੇ ਸਾਡੇ ਲੱਗੇ ਸੀ ਚਲੋ ਲੱਗੇ ਹੱਥ ਨਿਬੜ ਗਿਆ ਸਾਰਾ ਕੰਮ ਹੁਣ ਨਾ ਬਾਬਾ ਜੀ ਦੇ ਕਮਰੇ ਦੀ ਉੱਥੇ ਅਲਮੀਰਾ ਬਣਾਉਣੀ ਹੈ ਗੁਟਕਾ ਸਾਹਿਬ ਲਈ ਅਤੇ ਆਪਣੇ ਬਾਬਾ ਜੀ ਦੀ ਤਸਵੀਰਾਂ ਲਈ ਹੈ ਨਾ ਅਤੇ ਉੱਥੇ ਪੂਰਾ ਇੱਕ ਬੜਾ ਵਧੀਆ ਇੱਕ ਦਰਬਾਰ ਬਣਾਵਾਂਗੇ ਮਹਾਰਾਜ ਦਾ ਅਤੇ ਉਸ ਚੱਕਰ ਕਰਕੇ ਸਾਨੂੰ ਮਿਲ ਨਹੀਂ ਰਹੀ ਹੁਣ ਅੰਕਲ ਕਹਿੰਦੇ ਵੇਟ ਕਰੋ ਥੋੜ੍ਹਾ ਜਿਹਾ ਅਤੇ ਜਿਹੜਾ ਸਟੂਡੀਓ ਵਾਸਤੇ ਇੱਕ ਕੌਫੀ ਟੇਬਲ ਹੁੰਦਾ ਉਹ ਬਣਵਾਉਣਾ ਹੈ ਨਾ ਕੌਫੀ ਟੇਬਲ ਵੀ ਹੈ ਨੀਗਾ ਹੈਗਾ ਟੇਬਲ ਇੱਕ ਲੇਕਿਨ ਉਹ ਥੋੜ੍ਹਾ ਜਿਹਾ ਖਰਾਬ ਹੋਇਆ ਲਿਫਿਆ ਜਿਹਾ ਪਿਆ ਅਤੇ ਹੁਣ ਆਹ ਕੋਰਨਰ ਉਦੋਂ ਤੱਕ ਨਹੀਂ ਮਿਸ ਜਾਂਦਾ ਜਦੋਂ ਤੱਕ ਮੇਰਾ ਸੋਫਾ ਨਹੀਂ ਆਉਂਦਾ ਮੰਮੀ ਕਹਿੰਦੇ ਤੇਰਾ ਸੋਫਾ ਆਇਆ ਕਿ ਨਹੀਂ ਆਇਆ ਮੈਂ ਕਿਹਾ ਨਹੀਂ ਆਇਆ ਕਹਿੰਦੇ ਰਹਿਣ ਦੇ ਕੈਂਸਲ ਕਰਦੇ ਆਪਾਂ ਨਾ ਬਣਾ ਲੈਂਦੇ ਹਾਂ ਸੋਫਾ ਮੇਰੇ ਦਿਮਾਗ 'ਚ ਵੀ ਆਇਆ ਫਿਰ ਕੈਂਸਲ ਹੀ ਕਰ ਦਿੰਦੇ ਹਾਂ ਬਣਵਾ ਹੀ ਲੈਂਦੇ ਹਾਂ ਸੋਫਾ ਪਰ ਮੈਂ ਕਿਹਾ ਮੰਮੀ ਮੇਰੀ ਜਿਹੜੀ ਰੀਝ ਹੈ ਨਾ ਰਿਕਲਾਈਨਰ ਵਾਲੀ ਉਹ ਰਹਿ ਜਾਣੀ ਹੈ ਕਿਉਂਕਿ ਰਿਕਲਾਈਨਰ ਨਹੀਂ ਬਣਾ ਸਕਣਾ ਕਿਸੇ ਨੇ ਜੇ ਬਣਾ ਵੀ ਦੇਣਗੇ ਅਜੀਬ ਜਿਹਾ ਬਣਾ ਦੇਣਗੇ ਹੋਮ ਸੈਂਟਰ ਦਾ ਰਿਕਲਾਈਨਰ ਮੈਨੂੰ ਬੜੇ ਚਿਰ ਤੋਂ ਮੇਰੇ ਦਿਲ 'ਤੇ ਲੱਗਾ ਹੋਇਆ ਸੀ ਮੈਂ ਹੋਮ ਸੈਂਟਰ ਦਾ ਰਿਕਲਾਈਨਰ ਲੈਣਾ ਅਤੇ ਐਟਲੀਸਟ ਮੈਨੂੰ ਇੱਕ ਵਾਰੀ ਲੈ ਲੈਣ ਦਿਉ ਨਹੀਂ ਠੀਕ ਲੱਗੇਗਾ ਬਹਿ ਕੇ ਦੇਖ ਲਵਾਂਗੇ ਫਿਰ ਵਾਪਸ ਕਰ ਦਾਂਗੇ ਪਰ ਮੈਨੂੰ ਲੈ ਲੈਣ ਦਿਉ ਪਰ ਉਹ ਐਂ ਤਾਂ ਹੋ ਨਹੀਂ ਸਕਦਾ ਕਿ ਵਾਪਸ ਹੋ ਜੇ ਉਹ ਘੈਂਟ ਹੀ ਬੜਾ ਚੀਜ਼ ਹੈ ਅਤੇ ਹੁਣ ਕੱਲ੍ਹ ਦਾ ਦਿਨ 1 ਤਰੀਕ ਦਾ ਟਾਈਮ ਦਿੱਤਾ ਹੋਇਆ ਉਹਨਾਂ ਨੇ ਸਾਨੂੰ ਜੇ ਕੱਲ੍ਹ ਨਹੀਂ ਆਉਂਦਾ ਸੋਫਾ ਫਿਰ ਉਹਨੂੰ ਮੈਂ ਕੈਂਸਲ ਕਰਾਂਗਾ ਫਿਰ ਮੈਂ ਹੋਮ ਸੈਂਟਰ ਜਾ ਕੇ ਔਡਰ ਕਰਕੇ ਆਵਾਂਗਾ ਕੋਈ ਗੱਲ ਨਹੀਂ ਜੇ ਥੋੜ੍ਹਾ ਮਹਿੰਗਾ ਪੈਂਦਾ ਕੋਈ ਚੱਕਰ ਨਹੀਂ ਪਰ ਕਰਨਾ ਤਾਂ ਪੈਣਾ ਹੀ ਹੈ ਓਬਵੀਅਸਲੀ ਕੱਲ੍ਹ ਵੀ ਕਿਰਨ ਜੇ ਨਾ ਆਇਆ ਨਾ ਕੱਲ੍ਹ ਤਾਂ ਕੈਂਸਲ ਹੀ ਕਰਨਾ ਪੈਣਾ ਆਪਾਂ ਨੂੰ ਵੀ ਕੈਂਸਲ ਕਰ ਦਿਉ ਬਿਕੋਜ਼ ਹੋਰ ਕੋਈ ਵੇਟ ਥੋੜ੍ਹੀ ਕਰੀ ਜਾਵਾਂਗੇ ਹੋਰ ਦਿਨਾਂ ਦੇ ਪਤਾ ਨਹੀਂ ਕਿੰਨੇ ਟਾਈਮ ਲਗਾਉਣਗੇ ਫਿਰ ਆਪਾਂ ਹੋਮ ਸੈਂਟਰ ਤੋਂ ਜਾ ਕੇ ਲੈ ਕੇ ਆਵਾਂਗੇ ਇਹ ਵੀ ਹੋਮ ਸੈਂਟਰ ਦਾ ਲੇਕਿਨ ਐਮਾਜ਼ੋਨ ਤੋਂ ਬਾਏ ਕੀਤਾ ਸੀ ਆਪਾਂ ਬ੍ਰੇਕਫਾਸਟ ਬਣਾਓ ਅਤੇ ਅੱਜ ਮੈਂ ਲੜਾਈ ਵੀ ਕਰਨ ਜਾਣਾ ਲੜਾਈ ਲੜਾਈ ਤਾਂ ਅੱਜ ਕਹਿਣਾ ਜੀ ਤਾਂ ਬੜੀ ਜੰਗ ਲੜਨ ਜਾਣਾ ਤੁਸੀਂ ਨਹੀਂ ਜੰਗ ਤਾਂ ਲੜਨੀ ਪੈਣੀ ਹੈ ਜੰਗ ਲੜੇ ਬਗੈਰ ਹੋਣਾ ਕੱਖ ਨਹੀਂ ਚਲੋ ਉਹ ਤਾਂ ਕੋਈ ਨਹੀਂ ਪਰ ਫਿਲਹਾਲ ਤੁਸੀਂ ਹੁਣ ਬ੍ਰੇਕਫਾਸਟ ਬਣਾਉਣ ਵਿੱਚ ਮੇਰੀ ਮਦਦ ਕਰੋ ਮਦਦ ਕਰੋ ਕੀ ਮਦਦ ਕਰੀਏ ਕੀ ਸੈਂਡਵਿਚ ਬਣਾ ਲਓ ਯਾਰ ਸੋਕਾ ਕੰਮ ਹੈ ਉਹ ਸੈਂਡਵਿਚ ਬਣਾ ਲੈਣੇ ਆ ਸੈਂਡਵਿਚ ਬਣਾ ਲਓ ਅਤੇ ਅੱਜ ਮੈਂ ਥੋੜ੍ਹੇ ਗਾਣੇ ਦੀ ਐਡੀਟਿੰਗ ਕਰਨੀ ਹੈ ਗਾਣੇ ਵਿੱਚ ਇੱਕ ਨਾ ਟੈਕਨੀਕਲੀ ਇਸ਼ੂ ਆ ਗਿਆ ਦੋਸਤੋ ਟੈਕਨੀਕਲੀ ਕੀ ਇਸ਼ੂ ਆ ਗਿਆ ਰੈਂਡਰਿੰਗ ਜਦੋਂ ਮਾਰੀ ਸੀ ਗਾਣੇ ਦੀ ਅਤੇ ਉਹਦੇ 'ਚ ਨਾ ਇੱਕ ਟੈਕਨੀਕਲ ਟਰਮ ਹੁੰਦੀ ਹੈ ਮਾਸਟਰਿੰਗ ਵਿੱਚ ਪ੍ਰੋਬਲਮ ਆਈ ਹੈ ਥੋੜ੍ਹੀ ਜੀ ਮਾਸਟਰਿੰਗ ਹੁੰਦੀ ਜਦੋਂ ਆਪਾਂ ਗਾਣਾ ਬਣਾ ਲੈਂਦੇ ਹਾਂ ਨਾ ਅਤੇ ਗਾਣੇ ਨੂੰ ਮਿਕਸਿੰਗ ਕਰ ਲੈਣਾ ਮਾਸਟਰਿੰਗ ਨਹੀਂ ਪ੍ਰੋਪਰਲੀ ਮੈਨੂੰ ਮਜ਼ਾ ਨਹੀਂ ਆ ਰਿਹਾ ਮੈਂ ਖੁਦ ਨੂੰ ਨਹੀਂ ਫੀਲ ਆ ਰਿਹਾ ਤਾਂ ਤੁਹਾਨੂੰ ਕਿੱਥੋਂ ਫੀਲ ਆਊਗਾ ਹੈ ਨਾ ਸੋ ਇਸ ਕਰਕੇ ਮਾਸਟਰਿੰਗ ਵਿੱਚ ਮੈਨੂੰ ਨਾ ਜਦੋਂ ਇੱਕ ਮੈਂ ਅਪਲੋਡ ਤਾਂ ਕਰ ਦਿੱਤਾ ਸੀ 1 ਤਰੀਕ ਲਈ ਸ਼ਡਿਊਲ ਵੀ ਕਰ ਦਿੱਤਾ ਗਾਣਾ ਬਟ ਮੈਂ ਫਿਰ ਉਹਨੂੰ ਪ੍ਰਾਈਵੇਟ ਕਰਤਾ ਬਿਕੋਜ਼ ਮੈਨੂੰ ਮਜ਼ਾ ਹੀ ਨਹੀਂ ਆ ਰਿਹਾ ਮਾਸਟਰਿੰਗ ਦੇ ਵਿੱਚ ਕਿਉਂਕਿ ਊਂ ਸਾਰਾ ਕੁਝ ਵਧੀਆ ਗਾਣੇ ਦਾ ਸਭ ਕੁਝ ਘੈਂਟ ਹੈ ਲੇਕਿਨ ਇੱਕ ਨਾ ਡੈਪਥ ਹੁੰਦੀ ਨਾ ਡੈਪਥ ਉਹ ਓਵਰਆਲ ਉਹ ਚੀਜ਼ ਨਹੀਂ ਨਿਕਲ ਕੇ ਆਈ ਅਤੇ ਉਹ ਮੈਂ ਸੋਚਿਆ ਦੁਬਾਰਾ ਮਾਸਟਰਿੰਗ ਕਰਦਾ ਉਹਦੀ ਹੁਣ ਜੇ ਅੱਜ ਮੇਰੇ ਤੋਂ ਹੋ ਗਈ ਤਾਂ ਠੀਕ ਹੈ ਵੈਸੇ ਅੱਜ ਮੈਂ ਕਰ ਲੈਣੀ ਮਾਸਟਰਿੰਗ ਦੁਬਾਰਾ ਜੇ ਹੋ ਗਈ ਤਾਂ ਕੱਲ੍ਹ ਤਾਂ ਗਾਣਾ ਆ ਹੀ ਜਾਏਗਾ ਅਦਰਵਾਈਜ਼ ਮੈਂ ਰੋਕਾਂਗਾ ਗਾਣੇ ਨੂੰ ਫਿਰ ਬਾਕੀ ਉਮੀਦ ਤਾਂ ਆਈ ਹੈ ਮੈਂ ਹੁਣ ਬੈਠਣ ਲੱਗਾ ਮੈਂ ਰੋਟੀ ਰੋਟੀ ਖਾ ਕੇ ਮਾਸਟਰਿੰਗ ਕਰਾਂਗਾ ਗਾਣੇ ਦੀ ਅਤੇ ਫਿਰ ਗਾਣਾ ਤੁਹਾਡੇ ਕੋਲ ਕੱਲ੍ਹ ਤੁਸੀਂ ਸੁਣ ਲਓਗੇ ਕਿਉਂਕਿ ਟਾਈਮ ਲੱਗਦਾ ਹੈ ਮਾਸਟਰਿੰਗ ਕਰਨ ਨੂੰ ਵੀ ਹਾਂ ਯਾਰ ਸੀਰੀਅਸਲੀ ਯਾਰ ਹਾਂ ਕੈਂਡਲ ਨਹੀਂ ਤੁਸੀਂ ਇੱਕ ਕੰਮ ਕਰੋ ਉਹ ਇਹਦੀ ਲਾਈਟ ਜਗਾਓ ਥੱਲੋ ਜਰਾ ਇਹਦੀ ਲਾਈਟ ਜਗਾਓ ਕੱਢ ਲਓ 2 ਮਿੰਟ ਸ਼ੀਸ਼ਾ ਚੱਕ ਲਓ ਜੇ ਤਾਂ ਇੱਥੇ ਵਾਓ ਅਮੇਜ਼ਿੰਗ ਜਸਟ ਵਾਓ ਇੰਸਟਾ ਤੇ ਚੱਲ ਰਿਹਾ ਨਾ ਅੱਜ ਕੱਲ੍ਹ ਪਤਾ ਨਹੀਂ ਕੀ ਓਏ ਬੁੱਧਾ ਦੀ ਟੋਰ ਹੋਣੀ ਇਹਦੇ ਉੱਪਰ ਨਾ ਉਹ ਲਗਾ ਦੀ ਛੋਟੀ ਜਿਹੀ ਝਾੜ ਜਿਹਾ ਕਾਰਨਰ 'ਤੇ ਇਹਦੇ ਨਾ ਪੋਰਟ ਰੱਖ ਲਈਏ ਜਿੱਥੇ ਪੋਰਟ ਰੱਖ ਲਈ ਉੱਪਰ ਐਵੇਂ ਇੱਕ ਪਾਮ ਟਾਈਪ ਜਿਹਾ ਝਾੜ ਜਿਹਾ ਬਣ ਜਾਵੇ ਕਿੰਨਾ ਸੋਹਣਾ ਏਰੀਆ ਬਣ ਜਾਵੇ ਕਹਿੰਦਾ ਆਰਟੀਫਿਸ਼ਲ ਰੱਖਾਂਗੇ ਜਿਹੜਾ ਮਜ਼ਾ ਆਏ ਨਾ ਮੈਂ ਵੇਖ ਰਹੀ ਸੀ ਕਿਸੇ ਨੇ ਨਾ ਮਤਲਬ ਕਮੈਂਟ ਕੀਤਾ ਸੀ ਕਿ ਜਿਹੜੀ ਤੁਹਾਡੀ ਉਹ ਗ੍ਰੀਨ ਵਾਲ ਆ ਉੱਥੇ ਤੁਸੀਂ ਕੋਈ ਡੈਕੋਰ ਦੀ ਚੀਜ਼ ਜਾਂ ਕੁਛ ਤੁਸੀਂ ਉਹ ਕਰ ਸਕਦੇ ਹੋ ਕਿਸੇ ਨੇ ਸੁਝਾਅ ਦਿੱਤਾ ਸੀ ਤੁਸੀਂ ਪੁੱਛਿਆ ਸੀ ਨਾ ਕਿਸੇ ਨੂੰ ਮੈਂ ਕਮੈਂਟ ਪੜ੍ਹਿਆ ਸੀ ਮੈਂ ਕੁਛ ਨਹੀਂ ਮੈਂ ਖੁਦ ਨਹੀਂ ਕਰ ਰਹੀ ਮੈਂ ਵੈਸੇ ਦੇਖ ਰਹੀ ਹਾਂ ਆਪਾਂ ਜਿਹੜੀਆਂ ਸਾਨੂੰ ਹਿੰਮਤ ਨੇ ਫੋਟੋਆਂ ਦਿੱਤੀਆਂ ਵਿਚਾਰਿਆਂ ਨੂੰ ਇੱਦਾਂ ਹੀ ਰੱਖਿਆ ਹੋਇਆ ਸੀ ਦੋਸਤੋ ਸੁਝਾਅ ਤੁਹਾਡਾ ਬਹੁਤ ਵਧੀਆ ਅਤੇ ਇਹ ਮੇਰੇ ਦਿਮਾਗ 'ਚ ਵੀ ਆਇਆ ਸੀ ਬਟ ਕਿਰਨ ਮੈਨੂੰ ਇਹ ਕੰਮ ਕਰਨ ਨਹੀਂ ਦਿੰਦੇ ਮੈਂ ਬੜੇ ਵਾਰੀ ਇਹਨਾਂ ਨੂੰ ਕਹਿ ਲਿਆ ਵੀ ਇੱਥੇ ਨਾ ਜਿੰਨੀਆਂ 5 ਲਾਈਟਾਂ ਨੇ ਨਾ ਇੱਥੇ ਕੋਈ ਡੈਕੋਰ ਦੀਆਂ ਚੀਜ਼ਾਂ ਲਗਾਈਏ ਇੱਥੇ ਛੋਟੀਆਂ ਛੋਟੀਆਂ ਸੋਹਣੀਆਂ ਲੱਗਣੀਆਂ ਇਹ ਕਰਨ ਨਹੀਂ ਦਿੰਦੇ ਕਹਿੰਦੇ ਨਾ ਇਹ ਇੱਦਾਂ ਹੀ ਸੋਹਣਾ ਲੱਗਦਾ
ਇਹ ਹੁਣ ਬਣ ਰਹੇ ਨੇ ਆਪਣੇ ਆਪ ਨੂੰ ਹਾਂ ਸੁਝਾਅ ਦਿੱਤਾ ਸੀ ਤੇ ਹੁਣ ਆਪਾਂ ਕਰਾਂਗੇ ਜਿਸ ਟਾਈਮ ਮੇਰਾ ਸੁਝਾਅ ਆ ਫੋਟੋ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਫੋਟੋ ਤਾਂ ਕਦੇ ਵੀ ਨਹੀਂ ਗਈ ਇੱਥੇ ਲਾਉਣ ਨੂੰ ਮੈਂ ਤੁਹਾਨੂੰ ਇੱਥੇ ਕਿਹਾ ਸੀ ਜਿਵੇਂ ਛੋਟਾ ਜਿਹਾ ਵੱਜ ਤੁੰਬੀ ਛੋਟਾ ਜਿਹਾ ਛੱਜ ਹੈ ਨਾ ਘੋਟਣਾ ਪੁਰਾਣੇ ਕਲਚਰ ਦਾ ਸਮਾਨ ਆਪਣੇ ਪੰਜਾਬ ਦੇ ਜਿਹੜੇ ਪੁਰਾਣੇ ਰੀਤੀ ਸਮਾਨ ਸੀ ਨਾ ਮਧਾਣੀ ਹੋ ਗਈ ਛੱਜ ਹੋ ਗਿਆ ਉਹ ਚੀਜ਼ਾਂ ਹਰੇਕ ਲਾਈਟ ਥੱਲੇ ਲਾ ਲਈ ਛੋਟੀ ਛੋਟੀਆਂ ਸੋਹਣੀਆਂ ਲੱਗਣਗੀਆਂ ਹੁਣ ਤੁਹਾਨੂੰ ਲੱਗ ਰਿਹਾ ਕਿ ਹੂੰ ਕਿਹੜੀਆਂ ਆ ਮੈਂ ਕਹਿੰਦਾ ਇੱਥੇ ਕੋਲਾਜ ਬਣਾ ਲਓ ਇੱਧਰਲੀ ਸਾਈਡ ਯਾਰ ਕਿੰਨੀ ਥਾਂ ਬਣੀ ਹੈ ਦੈਨ ਵੋਟ ਕੀ ਕਹੀ ਕਿ ਬਰਾਊਨ ਕੀ ਕਹਿੰਦੀ ਵੀ ਮੈਂ ਨਾ ਲਗਾਓ ਵਾਈਟ ਤੇ ਲਾ ਲਓ ਫਿਰ ਇੱਥੇ ਲਾ ਲਓ ਇੱਥੇ ਕਿੱਥੇ ਵੀ ਨਹੀਂ ਵਾਈਟ ਕੰਧ ਤਾਂ ਤੁਹਾਡੀ ਖਾਲੀ ਜਾਂ ਫਿਰ ਆਪਣੇ ਬੈਡਰੂਮ ਦੇ ਪਿੱਛੇ ਲਾ ਲਓ ਰੱਖ ਦਿਓ ਫਿਰ ਇਹਨੂੰ ਰੱਖ ਦਿਓ ਫਿਰ ਜਿਵੇਂ ਹੈਗੀਆਂ ਨੇ ਉਵੇਂ ਆਹੋ ਜੇ ਨਹੀਂ ਲਾਉਣੀ ਤਾਂ ਮੇਰਾ ਸੁਝਾਅ ਕਿਰਨ ਨੇ ਨਹੀਂ ਮੰਨਣਾ ਜਦੋਂ ਕਿਸੇ ਨੇ ਕਮੈਂਟ ਕਰਦਾ ਉਹ ਕਿਰਨ ਨੇ ਮੰਨ ਲੈਣਾ ਵੀ ਹਾਂ ਇਹ ਡਬਲ ਸੁਝਾਅ ਆ ਗਿਆ ਇਹ ਮਤਲਬ ਸਹੀ ਗੱਲ ਕਹਿ ਰਹੇ ਨੇ ਤੇ ਸੋਹਣੀਆਂ ਲੱਗ ਰਹੀਆਂ ਲੱਗਣਗੀਆਂ ਉੱਥੇ ਪੇਂਟ ਕਰ ਲੈਣਾ ਵੁੱਡ ਬਰਾਊਨ ਨੂੰ ਬਲੈਕ ਓਬਵੀਅਸਲੀ ਬਲੈਕ ਫਰੇਮ ਦੇ ਵਿੱਚ ਜ਼ਿਆਦਾ ਸੋਹਣੀ ਲੱਗੇਗੀ ਬਰਾਊਨ ਫਰੇਮ ਹੈ ਦੇਖ ਲਓ ਜਿਵੇਂ ਕਰਨਾ ਯਾਰ ਫਿਰ ਆਪਾਂ ਰੋਟੀ ਖਾਈਏ ਮੈਂ ਕੰਮ ਕਰਨਾ ਬੜਾ ਅੱਜ ਮੈਂ ਲੜਾਈ ਕਰਨ ਜਾਣਾ ਕਿਤੇ ਅਤੇ ਮੈਂ ਤਿਆਰ ਸ਼ਿਆਰ ਹੋ ਕੇ ਜਾਂਦਾ ਚੱਕਰ ਕੀ ਪੈ ਗਿਆ ਰਾਤ ਮੈਨੂੰ ਆਇਆ ਤਕਰੀਬਨ 2:30-3 ਵਜੇ ਫੋਨ ਸਵੇਰੇ ਸਵੇਰੇ ਮਤਲਬ ਕਿਸੇ ਸੁਸਾਇਟੀ ਦੇ ਵਿੱਚੋਂ ਹੀ ਆਇਆ ਸੀ ਕਿਸੇ ਦਾ ਉਹ ਕਹਿੰਦੇ ਵੀ ਉੱਪਰ ਵਾਲੇ ਪੜੋਸੀ ਪਰੇਸ਼ਾਨ ਕਰ ਰਹੇ ਨੇ ਬਹੁਤ ਜ਼ਿਆਦਾ ਡਾਂਸ ਡੂਨਸ ਗੇ ਉਹ ਪਾਰਟੀ ਪੁਰਟੀ ਐਕਚੁਲੀ ਕਿਰਨ ਡਾਕਟਰ ਕਿਰਨ ਮੈਡਮ ਦਾ ਫਲੈਟ ਹੈ ਇੱਥੇ ਅਤੇ ਉਹ ਮੈਡਮ ਨੇ ਮੈਨੂੰ ਹੀ ਰਿਸਪੋਂਸੀਬਿਲਟੀ ਦਿੱਤੀ ਵੀ ਦੇਖ ਲਿਆ ਕਰੋ ਵੀ ਹੈ ਨਾ ਉਹ ਕੋਈ ਮੁੰਡਿਆਂ ਨੂੰ ਆਪਾਂ ਰੈਂਟ 'ਤੇ ਦਿੱਤਾ ਸੀ ਉਹ ਮੁੰਡੇ ਹੱਲਾ ਗੁੱਲਾ ਬਹੁਤ ਜ਼ਿਆਦਾ ਕਰਦੇ ਨੇ ਪਰੇਸ਼ਾਨ ਜ਼ਿਆਦਾ ਕਰਦੇ ਨੇ ਅਤੇ ਫਿਰ ਮੈਂ ਸਵੇਰੇ ਉੱਠਦੇ ਪਹਿਲਾਂ ਕੰਮ ਇਹ ਕੀਤਾ ਵੀ ਫਲੈਟ ਖਾਲੀ ਕਰੋ ਨਿਕਲੋ ਕਿਤੋਂ ਉਹ ਕਹਿੰਦੇ ਐਸੇ ਕੈਸੇ ਮੈਂ ਕਿਹਾ ਐਸੇ ਕੈਸੇ ਨਹੀਂ ਇੱਦਾਂ ਹੀ ਫਲੈਟ ਖਾਲੀ ਕਰੋ ਬਿਕੋਜ਼ ਤੁਹਾਡੀ 4th-5th ਕੰਪਲੇਂਟ ਆ ਚੁੱਕੀ ਹੈ ਇੱਕ ਵਾਰੀ ਨਹੀਂ ਹੋਇਆ ਤੁਸੀਂ ਹੱਲਾ ਕਰਦੇ ਹੋ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹੋ ਪੜੋਸੀਆਂ ਨੂੰ ਮਤਲਬ ਡੀ ਜੇ ਯੇ ਵੋ ਸਾਊਂਡ ਸਿਸਟਮ ਦਾਰੂ ਯੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਉਹਨਾਂ ਨੇ ਇਹ ਤਾਂ ਮੈਂ ਰੋਟੀ ਪਾਣੀ ਖਾ ਕੇ ਦੇਖਣਾ ਸ਼ਾਮ ਨੂੰ ਜਾ ਕੇ ਆਉਂਦਾ ਅਤੇ ਉਹਨਾਂ ਨੂੰ ਬਰਖਾਸਤ ਕਰਕੇ ਆਈਏ ਫਲੈਟ ਤੋਂ ਅੱਜ ਸ਼ਾਮੀ ਚੱਲਿਓ ਮੇਰੇ ਨਾਲ ਜੇ ਪਿਆਰ ਨਾਲ ਨਿਕਲਣਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਦੂਸਰੇ ਲੋਟ ਕੱਢਾਂਗੇ ਇੱਕ ਵਾਰ ਤਾਂ ਕੱਢ ਦੇਣਾ ਫਲੈਟ 'ਚੋਂ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਹੈ ਨਾ ਕਿਸੇ ਦੇ ਫਲੈਟ ਦੇ ਵਿੱਚ ਵੜ ਕੇ ਤੁਸੀਂ ਆਹ ਕੰਮ ਕਰੋ ਹੱਲਾ ਕਰੋ ਲੜਾਈਆਂ ਕਰੋ ਦਾਰੂਆਂ ਪੀਓ ਇਹ ਚੰਗਾ ਨਹੀਂ ਲੱਗਦਾ ਕੰਮ ਤਾਂ ਫਿਰ ਆਪਣੇ ਤਰੀਕੇ ਨਾਲ ਸਮਝਾਉਣਾ ਪੈਣਾ ਹੁਣ ਮਸਾਲਾ ਪੀ ਰਾਤ ਅੰਕਲ ਕੋਲ ਮੰਗਵਾਇਆ ਸੀ ਘਰੇ ਪੀਂਦੇ ਆਪਾਂ ਮਸਾਲਾ ਮੈਨੂੰ ਪਰ ਕਈ ਚੀਜ਼ਾਂ ਦਾ ਪਤਾ ਵੀ ਨਹੀਂ ਹੈ ਕੀ ਚੀਜ਼ਾਂ ਹੁੰਦੀਆਂ ਨੇ ਪਰ ਮੈਂ ਅੰਕਲ ਨੂੰ ਕਹਿ ਦਿੰਦੀ ਹੁੰਦੀ ਅੰਕਲ ਘਰ ਦੇ ਮਸਾਲਾ ਵਾ ਅਤੇ ਫਿਰ ਉਹ ਅੰਕਲ ਸਾਰਾ ਮਿਕਸ ਕਰਕੇ ਬਣਾ ਕੇ ਦਿੰਦੇ ਨੇ ਸਾਰਾ ਸਮਾਨ ਉਹਨਾਂ ਕੋਲ ਵੱਖਰਾ ਵੱਖਰਾ ਹੁੰਦਾ ਉਹ ਮਿਕਸ ਕਰਦੇ ਨੇ ਸਾਰਾ ਕੁਛ ਅਤੇ ਫਿਰ ਇੱਦਾਂ ਬਣਾਉਂਦੇ ਨੇ ਅਤੇ ਅਸੀਂ ਉਹੀ ਮਸਾਲਾ ਵਰਤਦੇ ਹਾਂ ਕੋਈ ਹੋਰ ਕੋਈ ਮਸਾਲਾ ਨਹੀਂ ਲੈ ਕੇ ਆਉਂਦੇ ਹੋਮਮੇਡ ਮਸਾਲੇ ਨੇ ਬਸ ਇਹਨਾਂ ਨੂੰ ਹੁਣ ਆਪਾਂ ਪੀਸ ਲੈਣਾ ਅਤੇ ਇਹਦਾ ਬਣਾ ਕੇ ਰੱਖ ਲੈਣਾ ਕੋਈ ਸਬਜ਼ੀਆਂ ਸੁਬਜ਼ੀਆਂ 'ਚ ਪਾਉਣਾ ਕੋਈ ਹਲਦੀ ਮਤਲਬ ਹਲਦੀ ਤਾਂ ਮਰਦੇ ਨਾ ਮਤਲਬ ਕੋਈ ਚਮਕੀ ਚਾਟ ਜਾਂ ਕੋਈ MDH ਦੇ ਮਸਾਲੇ ਨਹੀਂ ਆਹੋ ਜਿਹੜੇ ਉਹ ਹੁੰਦੇ ਨੇ ਗਰਮ ਮਸਾਲੇ ਦੂਜੇ ਇਹ ਵੀ ਗਰਮ ਮਸਾਲਾ ਹੁੰਦਾ ਪਰ ਇਹ ਘਰ ਦਾ ਪੀਸਿਆ ਜਿਹੜੇ ਦੂਜੇ ਹੁੰਦੇ ਨੇ ਜਿਵੇਂ ਮੰਨ ਲਓ ਕੀ ਕਹਿੰਦੇ ਨੇ ਚਣਾ ਮਸਾਲਾ ਕਿਚਨ ਕਿੰਗ ਹਾਂ ਬੜੇ ਬੜੀਆਂ ਵਰਾਇਟੀਆਂ ਨੇ ਆਪਾਂ ਉਹ ਕੋਈ ਨਹੀਂ ਲਿਆਉਂਦਾ ਕਦੇ ਵੀ ਲਿਆ ਕੇ ਆਉਂਦੇ ਆਪਾਂ ਇਹ ਹੋਏ ਮਸਾਲਾ ਬਣਾਉਣਾ ਇਹ ਪਰ ਬਹੁਤ ਸਵਾਦ ਮਸਾਲਾ ਬਣਦਾ ਕਿਉਂਕਿ ਇਹਦੇ 'ਚ ਸਾਰੀਆਂ ਚੀਜ਼ਾਂ ਪੈ ਜਾਂਦੀਆਂ ਮਿਕਸ ਹੋ ਕੇ ਨਾ ਕਿਰਨ ਨੇ ਝੁਰਮਟ ਹੀ ਬੜਾ ਪਾਇਆ ਇਲੈਕਟ੍ਰੋਨਿਕ ਆਈਟਮਾਂ ਦਾ ਇੱਥੇ ਕਿਉਂਕਿ ਛੋਟਾ ਕੁੱਕਰ ਸੀ ਛੋਟੇ ਕੁੱਕਰ ਇੰਨਾ ਜ਼ਿਆਦਾ ਨਹੀਂ ਬਣਦਾ ਕਈ ਵਾਰੀ ਜਿੱਦਾਂ ਮੰਨ ਲਓ ਮੈਂ ਜਾਂ ਘਰੇ ਕੋਈ ਜ਼ਿਆਦਾ ਜਾਣੇ ਆ ਜਾਣ ਹਨਾ ਤਾਂ ਛੋਟੇ ਕੁੱਕਰ 'ਚ ਨਹੀਂ ਪਰ ਵੱਡਾ ਕੁੱਕਰ ਕਹਿ ਮੈਂ ਪਹਿਲੀ ਵਾਰੀ ਯੂਜ਼ ਕੀਤਾ ਪਰ ਬਹੁਤ ਵਧੀਆ ਸੀ ਕੁੱਕਰ ਬਹੁਤ ਜ਼ਿਆਦਾ ਵਧੀਆ ਆ ਕਈ ਜਣੇ ਕਹਿੰਦੇ ਨੇ ਕੀ ਲਿਖਿਆ ਦਿਖਾਇਓ ਦ ਸੀਕ੍ਰੇਟ ਆਫ ਮਾਈ ਰੈਸਪੀ ਜੇ ਗੁਰੂ ਦਾ ਨਾਮ ਜਪ ਕੇ ਬਣਾਓਗੇ ਤਾਂ ਲਾਜਵਾਬ ਸਵਾਦ ਪਾਓਗੇ ਹਾਂ ਕੁਝ ਕਮੈਂਟ ਆਏ ਸੀ ਵੀ ਉਹਨੂੰ ਚੰਗੀ ਤਰ੍ਹਾਂ ਦਿਖਾਓ ਵੀ ਕੀ ਲਿਖਿਆ ਆਇਆ ਵਾ ਲਓ ਜੀ ਦੇਖ ਲਓ ਜੀ ਮੈਂ ਦੋਸਤੋ ਅੱਜ ਬੜੇ ਹੈਵੀ ਕੰਮ ਨੇ ਇੱਕ ਤਾਂ ਫਾਈਲਾਂ ਤੁਹਾਨੂੰ ਪਤਾ ਚੱਲਦੀਆਂ ਨੇ ਕਾਫੀ ਜ਼ਿਆਦੀਆਂ ਉਹ ਕਰਨੀਆਂ ਨੇ ਦੂਸਰੀਆਂ ਨੰਬਰ 'ਤੇ ਗਾਣੇ ਦੀ ਮਾਸਟਰਿੰਗ ਕਰਨੀ ਅੱਜ ਕਲਾਸਿਸ ਵੀ ਲਗਾਉਣੀਆਂ ਨੇ ਮਤਲਬ ਅੱਜ ਜੇ ਜਾਣਾ ਸਟੂਡੀਓ 'ਚ ਵੜੇਗਾ ਤਾਂ ਓਬਵੀਅਸਲੀ ਕਾਫੀ ਚਿਰ ਬਾਅਦ ਨਿਕਲੇਗਾ ਕਾਫੀ ਚਿਰ ਬਾਅਦ ਨਿਕਲੇਗਾ ਅਤੇ ਸ਼ਾਮ ਨੂੰ ਕਰਨ ਜਾਣਾ ਬਈ ਯੁੱਧ
ਤੇ ਫਲੈਟ ਜਾ ਕੇ ਆਵਾਂਗੇ ਦੇਖਦੇ ਹਾਂ ਫਲੈਟ ਦਾ ਕੀ ਹਾਲਤ ਕੀਤਾ ਜਿਹੜਾ ਫਲੈਟ ਆਪਾਂ ਰੈਂਟ ਤੇ ਦਿੱਤਾ ਉਹ ਫਲੈਟ ਦੀ ਕੰਡੀਸ਼ਨ ਦੇਖਣੀ ਹੈ ਕਿਉਂਕਿ ਮੁੰਡਿਆਂ ਨੇ ਬਹੁਤ ਜ਼ਿਆਦਾ ਦਬਾਅ ਕਰ ਰੱਖੀ ਹੋਣੀ ਡੈਫੀਨੇਟਲੀ ਅਤੇ ਉਹ ਵੀ ਸਾਰਾ ਦੇਖ ਕੇ ਆਈ ਅੱਜ ਦੇ ਸਾਨੂੰ ਇਜਾਜ਼ਤ ਮਿਲਦੀ ਤੁਹਾਨੂੰ ਕੱਲ੍ਹ ਇੱਕ ਨਵੇਂ ਵਲੌਗ ਵਿੱਚ।